Good morning students, open your books on chapter number 2, Acid, Bases and Salts on page number 17. I hope you complete your uh, first chapter homework as well as question answer. If you guys have any doubt in first chapter, you can call me or through message, you clarify your doubt. So today we will start second chapter, Acids, Bases and Salts. So we learn about what are Acids, what are Bases? How they react with other substance and how can we identify which substance is acid or base, and also we discuss salts, and also we discuss the various reactions of acids, bases with the different substances. So all these things we will learn in this chapter. So let us start the chapter. You have learnt in your previous classes that sore and bitter tasters of food. ਔਰ ਡਿਊ ਟੂ ਐਸਿਡਸ ਐਂਡ ਬੇਸਿਸ ਲੋਅਰ ਕਲਾਸਿਸ ਦੇ ਵਿੱਚ 6th 7th 8th ਕਲਾਸ ਯੂ ਪੀਪਲ ਲਰਨ ਸਪੈਸ਼ਲੀ 9th ਕਲਾਸ ਕਿ ਸੋਟ ਸਾਡੇ ਕੋ ਖੱਟੇ ਤੇ ਮਿੱਠੇ ਜਿਹੜੇ ਟੇਸਟ ਨੇ ਤਿੱਖੇ ਜੇ ਸਾਡੇ ਕੋ ਉਹਨਾਂ ਦੇ ਜਿਹੜੇ ਫੂਡ ਨੇ ਉਹ ਸੋ ਟੇਸਟ ਦਾ ਜਾਂ ਬਿਟਰ ਟੇਸਟ ਦਾ ਸਾਡੇ ਕੋ ਤਿੱਖਾ ਜਾਂ ਕੋੜਾ ਵਗੈਰਾ ਜਾਂ ਸਾਡੇ ਕੋ ਖੱਟਾ ਜਿਹੜਾ ਟੇਸਟ ਹੈ ਫੂਡ ਦਾ ਹੁੰਦਾ ਹੈ ਉਹ ਕਿਹਦੇ ਕਰਕੇ ਹੁੰਦਾ ਡਿਊ ਟੂ ਐਸਿਡ ਐਂਡ ਬੇਸਿਸ ਕਰਕੇ ਉਹ ਪ੍ਰੈਜ਼ੈਂਟ ਹੁੰਦੇ ਨੇ ਉਸ ਫੂਡ ਕੰਟੈਂਟ ਦੇ ਵਿੱਚ ਕਹਿੰਦਾ ਇਫ ਸਮਵਨ ਇਨ ਦਾ ਫੈਮਿਲੀ ਸਫਰਿੰਗ ਫਰਮ ਅ ਪ੍ਰੋਬਲਮ ਆਫ ਐਸਿਡਿਟੀ ਕਿਸ ਨੂੰ ਐਸਿਡਿਟੀ ਦੀ ਪ੍ਰੋਬਲਮ ਆ ਗਈ ਸਾਡੇ ਕੋਲੇ ਫੈਮਿਲੀ ਦੇ ਵਿੱਚ ਆਫਟਰ ਓਵਰ ਈਟਿੰਗ ਜ਼ਿਆਦਾ ਖਾਣ ਦੇ ਨਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਵਾਟ ਡੂ ਯੂ ਸੁਜੈਸਟ ਅ ਰੈਮੇਡੀ ਲੈਮਨ ਯੂਜ਼ ਵਿਨੇਗਰ অর ਬੇਕਿੰਗ ਸੋਡਾ ਸੋਲੂਸ਼ਨ ਇਹਨਾਂ ਚੋਂ ਕਿਹੜੀ ਅਸੀਂ ਜਿਹੜੀ ਰੈਮੇਡੀ ਆ ਉਹਨੂੰ ਦਵਾਂਗੇ ਇਸ ਸਾਡੇ ਕੋਲੇ ਸੁਜੈਸਟ ਕਰ ਦਿੰਨੇ ਕਿ ਆਹ ਚੀਜ਼ ਤੁਸੀਂ ਲੈ ਲਓ ਉਹਦੇ ਨਾਲ ਜਿਹੜੀ ਤੁਹਾਡੀ ਐਸਿਡਿਟੀ ਆ ਉਹ ਕੰਟਰੋਲ ਹੋ ਜੂਗੀ ਕਿਉਂਕਿ ਇਹ ਸਾਰੇ ਕੀ ਨੇ ਬੇਸਿਕ ਕੰਪੋਨੈਂਟਸ ਨੇ ਤੇ ਸਾਡੇ ਕੋਲੇ ਜਿਹੜਾ ਹੈਗਾ ਬੇਕਿੰਗ ਸੋਡਾ ਜਿਹੜਾ ਹੈਗਾ ਉਹਨੂੰ ਐਸਿਡਿਟੀ ਨੂੰ ਰਿਮੂਵ ਕਰਦਾ ਉਹ ਕਹਿੰਦਾ ਵਿਚ ਪ੍ਰੋਪਰਟੀ ਡਿਡ ਯੂ ਥਿੰਕ ਵਾਈਲ ਚੂজিং ਦੀ ਰੈਮਡੀ ਕਿਹੜੀ ਪ੍ਰੋਪਰਟੀ ਤੁਸੀਂ ਸੋਚ ਰਹੇ ਹੋ ਜਿਹੜਾ ਪਰਸਨ ਹੈ ਉਹ ਦੱਸ ਰਿਹਾ ਕਿਹੜੀ ਸ਼ੂਰਲੀ ਯੂ ਮਸਟ ਹੈਵ ਯੂਜ਼ਡ ਦੀ ਨੋਲੇਜ ਅਬਾਊਟ ਯਰ ਅਬਿਲਿਟੀ ਆਫ ਐਸਿਡ ਐਂਡ ਬੇਸਿਸ ਟੂ ਨਲਿਫਾਈ ਈਚ ਅਦਰ ਇਫੈਕਟ ਕਿਉਂਕਿ ਐਸਿਡ ਤੇ ਬੇਸ ਇੱਕ ਦੂਜੇ ਦਾ ਇਫੈਕਟ ਸਾਡੇ ਕੋ ਕੈਨਸਲ ਕਰ ਦਿੰਦੇ ਨੇ ਇਸ ਕਰਕੇ ਉਹ ਪਰਸਨ ਨੂੰ ਉਹਦੀ ਨੋਲੇਜ ਹੋਗੀ ਸੋ ਰਿਕਾਲ ਹਾਊ ਵੀ ਟੈਸਟਡ ਸੋਰ ਐਂਡ ਬਿਟਰ ਸਬਸਟੈਂਸ ਵਿਦਆਊਟ ਟੇਸਟਿੰਗ ਥੈਮ ਹੁਣ ਹਰ ਇੱਕ ਚੀਜ਼ ਨੂੰ ਅਸੀਂ ਖਾ ਕੇ ਤਾਂ ਟੈਸਟ ਨਹੀਂ ਕਰ ਸਕਦੇ ਵੀ ਇਹ ਖੱਟੀ ਹੈ ਜਾਂ ਕੌੜੀ ਹੈ ਉਹ ਵਿਦਆਊਟ ਟੇਸਟਿੰਗ ਅਸੀਂ ਕਿਵੇਂ ਉਹਨੂੰ ਟੈਸਟ ਕਰ ਸਕਦੇ ਹਾਂ ਇਹ ਸਾਰੇ ਕੁਐਸਚਨਸ ਦੇ ਆਨਸਰ ਅਸੀਂ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ ਸੋ ਲੈਟ ਅਸ ਸਟਾਰਟ ਕਹਿੰਦਾ ਯੂ ਆਲਰੇਡੀ ਨੋ ਥੈਟ ਐਸਿਡਸ ਆਰ ਸੋਰ ਇਨ ਟੇਸਟ ਜਿਹੜੇ ਐਸਿਡਸ ਨੇ ਉਹ ਸਾਡੇ ਕੋਲ ਸੋਰ ਇਨ ਟੇਸਟ ਹੁੰਦੇ ਨੇ ਐਂਡ ਚੇਂਜ ਦੀ ਕਲਰ ਆਫ ਬਲੂ ਲਿਟਮਸ ਟੂ ਰੈੱਡ ਜਿਹੜਾ ਸਾਡੇ ਕੋ ਐਸਿਡ ਆ ਉਹਦੇ ਚ ਅਸੀਂ ਜੇ ਬਲੂ ਲਿਟਮਸ ਇੱਕ ਤਰ੍ਹਾਂ ਦਾ ਇੰਡੀਕੇਟਰ ਹੈ ਬਲੂ ਕਲਰ ਦਾ ਸਾਡੇ ਕੋਲੇ ਲਿਟਮਸ ਪੇਪਰ ਹੈ ਸੋਲੂਸ਼ਨ ਵੀ ਹੁੰਦਾ ਜਦੋਂ ਅਸੀਂ ਉਹਨੂੰ ਐਸਿਡ ਚ ਪਾਵਾਂਗੇ ਇਟ ਬਿਕਮਸ ਰੈੱਡ ਉਹਦਾ ਕਲਰ ਕੀ ਹੋ ਜਾਊਗਾ ਰੈੱਡ ਹੋ ਜਾਊਗਾ ਵੇਅਰ ਐਸ ਬੇਸਿਸ ਬੇਸਿਸ ਆਰ ਬਿਟਰ ਇਨ ਟੇਸਟ ਐਂਡ ਚੇਂਜ ਦੀ ਕਲਰ ਆਫ ਰੈੱਡ ਲਿਟਮਸ ਟੂ ਬਲੂ ਤੇ ਬੇਸਿਸ ਬਿਟਰ ਇਨ ਟੇਸਟ ਹੁੰਦੇ ਨੇ ਤੇ ਉਹਦੇ ਵਿੱਚ ਜੇ ਅਸੀਂ ਰੈੱਡ ਲਿਟਮਸ ਸੋਲੂਸ਼ਨ ਪਾਵਾਂਗੇ ਤਾਂ ਬਲੂ ਹੋ ਜਾਊਗਾ ਤੇ ਜਿਹੜਾ ਜੇ ਅਸੀਂ ਬਲੂ ਲਿਟਮਸ ਹੀ ਬੇਸ ਵਿੱਚ ਪਾਵਾਂਗੇ ਉਹ ਬਲੂ ਰਹੂਗਾ ਤੇ ਜੇ ਅਸੀਂ ਐਸਿਡ ਦੇ ਵਿੱਚ ਰੈੱਡ ਲਿਟਮਸ ਪਾਵਾਂਗੇ ਤਾਂ ਉਹ ਰੈੱਡ ਹੀ ਰਹੂਗਾ ਠੀਕ ਹੈ ਉਹਦੇ ਵਿੱਚ ਚੇਂਜ ਨਹੀਂ ਆਉਂਗੀ ਸੋ ਵਾਟ ਇਜ਼ ਅ ਲਿਟਮਸ ਲਿਟਮਸ ਇਜ਼ ਅ ਨੈਚੁਰਲ ਇੰਡੀਕੇਟਰ ਨੈਚੁਰਲ ਇੰਡੀਕੇਟਰ ਕੁਦਰਤੀ ਇੰਡੀਕੇਟਰ ਆ ਜਿਹਦੇ ਬੇਸਿਸ ਤੇ ਅਸੀਂ ਇਹ ਦੱਸ ਸਕਦੇ ਹਾਂ ਕਿ ਸਬਸਟੈਂਸ ਐਸਿਡਿਕ ਆ ਜਾਂ ਬੇਸਿਕ ਆ ਉਸ ਤੋਂ ਬਿਨਾਂ ਟਰਮਰਿਕ ਹਲਦੀ ਇਹ ਵੀ ਇੱਕ ਤਰ੍ਹਾਂ ਦਾ ਸਾਡੇ ਕੋਲ ਇੰਡੀਕੇਟਰ ਆ ਤੁਸੀਂ ਨੋਟ ਕੀਤਾ ਹੋਣਾ ਕਿ ਕਈ ਵਾਰ ਸਾਡੇ ਕੋਲ ਸਬਜੀ ਖਾਂਦੇ ਵਗੈਰਾ ਜਾਂ ਕੜੀ ਵਗੈਰਾ ਖਾਂਦੇ ਸਾਡੇ ਕੱਪੜੇ ਦੇ ਉੱਪਰ ਵਾਈਟ ਕਲੋਥ ਦੇ ਉੱਪਰ ਕੜੀ ਡਿੱਗ ਜਾਂਦੀ ਹੈ ਸੋ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਵਾਸ਼ ਕਰਦੇ ਹਾਂ ਵਿਦ ਸੋਪ ਜਦੋਂ ਸਾਬਣ ਨਾਲ ਧੋਨੇ ਆ ਉਹ ਰੈੱਡਿਸ਼ ਬ੍ਰਾਊਨ ਕਲਰ ਹੋ ਜਾਂਦਾ ਇਟ ਮੀਨਸ ਜਦੋਂ ਸਾਬਣ ਨਾਲ ਧੋਤਾ ਉਹ ਬੇਸ ਹੈ ਉਹ ਰਿਐਕਟ ਕੀਤਾ ਇਹਦਾ ਮਤਲਬ ਉਹ ਇੰਨੇ ਇੰਡੀਕੇਸ਼ਨ ਦੇਤੀ ਕਿ ਜਿਹੜਾ ਸਾਬਣ ਹੈ ਉਹ ਕਿ ਬੇਸਿਕ ਨੇਚਰ ਹੈ ਕਿਉਂਕਿ ਕਲਰ ਉਹਨੇ ਰੈੱਡਿਸ਼ ਬ੍ਰਾਊਨ ਕਰਤਾ which is basic in nature ਐਂਡ ਸਕਰਬਡ ਔਨ ਇਟ ਸੋ ਉਸ ਤੋਂ ਬਾਅਦ ਕੰਨਦਾ ਇਟ ਟਰਨਸ येलो ਅਗੇਨ ਵੈਨ ਦੀ ਕਲੋਥ ਹਜ਼ ਵਾਸ਼ਡ ਵਿਦ ਅ ਪਲੈਂਟੀ ਆਫ ਵਾਟਰ ਅਸੀਂ ਜਦੋਂ ਉਸ ਤੋਂ ਬਾਅਦ ਉਹਨੂੰ ਪਾਣੀ ਦੇ ਵਿੱਚ ਦੀ ਕੱਢ ਦਿੰਦੇ ਹਾਂ ਦੁਬਾਰਾ ਫੇਰ येलो ਕਲਰ ਹੋ ਜਾਂਦਾ ਕੰਨਦਾ ਕਿ ਕਿ ਕੜੀ येलो ਕਲਰ ਦੀ ਹੁੰਦੀ ਹੈ ਤੇ ਜਦੋਂ ਅਸੀਂ ਉਹਦੇ ਤੇ ਸਾਬਣ ਲਾਉਂਦੇ ਹਾਂ ਰੈੱਡਿਸ਼ ਬ੍ਰਾਊਨ ਹੋ ਜਾਂਦਾ ਕਿਉਂਕਿ ਸਾਬਣ ਕੀ ਹੈ ਬੇਸਿਕ ਨੇਚਰ ਹੈ ਪਰ ਜਦੋਂ ਦੁਬਾਰਾ ਉਹਨੂੰ ਪਾਣੀ ਨਾਲ ਫੇਰ ਧੋਣੇ ਆ ਕੱਪੜੇ ਨੂੰ ਪਾਣੀ 'ਚ ਹੀ ਕੱਢ ਦਿਆਂ ਤਾਂ ਦੁਬਾਰਾ ਫੇਰ ਕਲਰ येलो ਹੋ ਜਾਂਦਾ ਚਾਹੇ ਹਾਲਾਂਕਿ ਫਿੱਕਾ ਹੋ ਜਾਂਦਾ ਕੰਨਦਾ ਯੂ ਕੈਨ ਆਲਸੋ ਯੂਜ਼ ਸਿੰਥੈਟਿਕ ਇੰਡੀਕੇਟਰਸ fractures methyl orange and phenol phthalin to test for acids and bases okinda asi e ta natural indicators hoge us to bina sade ko synthetic indicators ne jehde asi lab de vich taiyar karde hain man made indicators for example methyl orange phenol phthalin ye do indicator ne jehde asi man made indicator ne synthetic indicators ne which are used to identified whether a substance एसिडिक और बेसिक और न्यूट्रल सो इन दिस चैप्टर वी विल स्टडी द रिएक्शंस ऑफ एसिड्स एंड बेसिस केडियां केडियां रिएक्शन शो ਕਰਦੇ ਨੇ एसिड ਤੇ بیس ਹੋ एसिड्स एंड बेसिस कैंसिल आउट ईच अदर इफेक्ट एक दूसरे ਦਾ इफेक्ट ਕਿਵੇਂ ਕੈਨਸਲ ਕਰਦੇ ਨੇ ਹੋਰ ਵੀ ਡੇ ਟੂ ਡੇ ਲਾਈਫ ਦੀਆਂ ਜਿਹੜੀਆਂ ਅਸੀਂ ਐਕਟੀਵिटीज ਨੇ ਜੋ ਅਸੀਂ ਅਬਜ਼ਰਵ ਕਰਦੇ ਆ ਉਹਨਾਂ ਦੇ ਬੇਸਿਸ ਤੇ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਨੇ ਇੰਟਰਸਟਿੰਗ ਥਿੰਗਸ ਉਹ ਅਸੀਂ ਡਿਸਕਸ ਕਰਾਂਗੇ ਸੋ ਡੂ ਯੂ ਨੋ ਕਹਿੰਦਾ ਲਿਟਮਸ ਸੋਲੂਸ਼ਨ ਇਜ਼ ਅ ਪਰਪਲ ਡਾਈ ਜਿਹੜਾ ਲਿਟਮਸ ਸੋਲੂਸ਼ਨ ਇੱਕ ਪਰਪਲ ਕਲਰ ਦੀ ਡਾਈ ਹੈ ਜਿਹੜਾ ਕਿ ਲੀਚਨ ਪਲਾਂਟ ਤੋਂ ਸਾਡੇ ਕੋਲੇ ਐਕਸਟਰੈਕਟ ਕੀਤਾ ਜਾਂਦਾ ਮਤਲਬ ਕਿ ਉਹਦੇ ਤੋਂ ਐਕਸਟਰੈਕਟ ਕੀਤਾ ਜਾਂਦਾ ਲਿਆ ਜਾਂਦਾ ਹੈ ਆ ਪਲਾਂਟ ਬਿਲੋਂਗਿੰਗ ਟੂ ਅ ਡਿਵੀਜ਼ਨ ਥਲੋ ਫੈਟ ਫੈਟਾ ਇਸ ਡਿਵੀਜ਼ਨ ਦੇ ਵਿੱਚ ਹੈ ਸਾਡੇ ਕੋ ਇਟ ਇਜ਼ ਯੂਜ਼ਡ ਕਾਮਨਲੀ ਯੂਜ਼ਡ ਐਜ਼ ਅ ਇੰਡੀਕੇਟਰ ਇੰਡੀਕੇਟਰ ਕੀ ਹੁੰਦਾ ਸਾਡੇ ਕੋਲੇ ਕਿ ਅਸੀਂ प्रडिकट करना कि सबस्ट एसिड है ज बेस है जिम्मे बाइक के इंडीकेटर इंडीके मतलब इंडीकेट करना भी भाई अभी इस एस साइड मुड़ना सो देर आर मैनी अदर नैचुरल मटीरियल्स लाइक अ रैड कैबेज लीवस जेडे साढ़े को रैड कैबेज लीव हो गए टर्मेरिक होगी कलर्ड पीटल्स हो गए रैड कैबेज लीव टर्मरिक कलर्ड पीटल्स ऑफ सम समफ्लावर सच एस हडरीनि पैटूनिआ एंड ग्रेनीम सो इन्हों भी असी एज आ ਜਿਹੜੇ ਹੈਗੇ ਆ ਇੰਡੀਕੇਟਰ ਯੂਜ਼ ਕਰ ਸਕਦੇ ਆ ਸੋ ਵਿਚ ਇੰਡੀਕੇਟ ਦੀ ਪ੍ਰੈਜ਼ੈਂਸ ਆਫ ਐਸਿਡ অর ਬੇਸ ਇਨ ਅ ਸੋਲੂਸ਼ਨ ਕਿ ਸਬਸਟੈਂਸ ਦੇ ਵਿੱਚ ਐਸਿਡ ਹੈਗਾ ਜਾਂ ਬੇਸ ਹੈ ਉਹ ਇਹਨਾਂ ਦੇ ਬਾਈ ਚੇਂਜਿੰਗ ਦੀ ਕਲਰ ਉਹਨਾਂ ਦੀ ਹੈਲਪ ਦੇ ਦਾਨਾ ਦੱਸਦੇ ਆ ਸੋ ਥੀਸ ਆਰ ਕਾਲਡ ਐਸਿਡ ਬੇਸ ਇੰਡੀਕੇਟਰਸ অর ਸਮ ਟਾਈਮ ਸਿੰਪਲੀ ਇੰਡੀਕੇਟਰ ਸੋ ਵਾਟ ਆਰ ਇੰਡੀਕੇਟਰਸ ਵਿਚ ਇੰਡੀਕੇਟ ਔਰ शो शो द प्रेजेंस ऑफ वैदर सबसटांस इज एसिडिक और बेसिक के एसिडिक कंपोनेंट है ज बेसिक कंपोनेंट है चीज एक्सप्लेन करते हैं इंडिकेटर्स सो नैचुरल इंडिकेटर जे नेचर तो मिलते हैं फॉर एग्जाम्पल टर्मरिक लिटम सोल्यूशन एंड संथैटिक इंडीकेटर मिथायल ऑरेंज एंड फिनोल पथाने क्लीयर So next topic is understanding the chemical properties of acids and bases. Ke keme chemically react karde ne. Oh kehanda acids and bases in lab. To chemistry lab ch kade kade acid te base present hunde ha. Kunda collect the following samples from science laboratory. Hydrochloric acid HCl formula, sulfuric acid H2SO4, nitric acid HNO3, acetic acid CH3COOH. Eh sare acids ne. ਸੋਡੀਅਮ ਹਾਈਡ੍ਰੋਕਸਾਈਡ NaOH ਕੈਲਸ਼ੀਅਮ ਹਾਈਡ੍ਰੋਕਸਾਈਡ CaOH ਟਵਾਈਸ ਪੋਟਾਸ਼ੀਅਮ ਹਾਈਡ੍ਰੋਕਸਾਈਡ KOH ਮੈਗਨੀਸ਼ੀਅਮ ਹਾਈਡ੍ਰੋਕਸਾਈਡ MgOH ਟਵਾਈਸ ਅਮੋਨੀਅਮ ਹਾਈਡ੍ਰੋਕਸਾਈਡ NH4OH ਸੋ ਇਹ ਸਾਰੇ ਸੈਂਪਲ ਅਸੀਂ ਕਲੈਕਟ ਕਰਨੇ ਨੇ ਅਰਡਡ ਟੈਸਟ ਟਿਊਬਸ ਦੇ ਵਿੱਚ ਸੋ ਪੋਟਾ ਡ੍ਰੌਪ ਆਫ ਈਚ ਅਬਵ ਸੋਲੂਸ਼ਨ ਔਨ ਅ ਵਾਚ ਗਲਾਸ ਵਾਚ ਗਲਾਸ ਦੇ ਵਿੱਚ ਤੇ ਉਹਦੇ ਉੱਪਰ ਟੈਸਟ ਲਈ ਅਸੀਂ ਅਲੱਗ-ਅਲੱਗ ਇੰਡੀਕੇਟਰਸ ਪਾਉਣੇ ਆ ਜਿਹੜੇ ਆ ਦਿੱਤੇ ਹੋਏ ਨੇ ਆਈ ਵਿਲ ਸੈਂਡ ਆਲਸੋ ਅਨਦਰ ਵੀਡੀਓ ਜਿਦੇ ਚ ਪੂਰਾ ਪ੍ਰੋਪਰਲੀ ਕਲਰਡ ਵੇਦ ਨਾਲ ਐਕਸਪਲੇਨ ਕੀਤਾ ਹੋਇਆ ਹੈ along with this video so o kind of what change in color did you observe red litmus blue litmus phenol phthalein methyl orange red cabbage sare indicators de jada kehda color change hunda acid de liye base de liye o sara kuch us video de vich explain kita hoya hai i will also send you that video so next uh, these indicator tells us whether a substance is acidic or basic by change in color so what are indicators the indicators which are uh, substances acidic or basic by change in color so there are some substance whose outer changes in acidic or basic media kosh indicator idhan ne jehde smell change karde ne substance di acidic basic medium ch apni jadon acids paune unhari smell hor hundi hai base paune unhari smell hor honi hai they are called olfactory indicators they are called olfactory इंडिकेटर्स ओके स्मेल दे इन हेल्प ਦੇ ਨਾਲ ਜਿਹਦੇ ਚ ਸਾਡੇ ਕੋਲ स्मेल चेंज ਹੁੰਦੀ ਹੈ ਉਹਦੀ ਹੈਲਪ ਦੇ ਨਾਲ ਅਸੀਂ ਪ੍ਰੇਡਿਕਟ ਕਰਦੇ ਹਾਂ ਕਿ ਸਬਸਟੈਂਸ ਐਸਿਡਿਕਾ ਜਾਂ ਬੇਸਿਕ ਮੀਡੀਆ ਹੈ ਸੋ ಲೆਟਸ ਟ੍ਰਾਈ ਟੂ ਆ ਆਊਟ ਆ ਸਮ ਥੀਸ ਇੰਡੀਕੇਟਰ ਐਕਟੀਵਿਟੀ 2.2 ਉਹ ਕਹਿੰਦਾ ਚੰਗੀ ਤਰ੍ਹਾਂ ਕ੍ਰਸ਼ ਕੀਤੇ ਹੋਏ ਓਨਿਅਨਸ ਲੋ ਇਨ ਆ ਪਲਾਸਟਿਕ ਬੈਗ ਅਲੋਂਗ ਵਿਦ ਸਮ ਸਟ੍ਰੈਪਸ ਆਫ ਕਲੀਨ ਕਲੋਥ ਕੁਝ ਕੱਪੜੇ ਦੇ ਸਾਫ ਕੱਪੜਿਆਂ ਦੇ ਟੁਕੜੇ ਲੋ ਉਹਨਾਂ ਨੂੰ ਬੈਗ ਵਿੱਚ ਟਾਈਟਲੀ ਪੈਕ ਕਰ ਦਿਓ ਉਸ ਤੋਂ ਬਾਅਦ ਓਵਰਨਾਈਟ ਫਰੀਜ਼ਰ ਦੇ ਵਿੱਚ ਰੱਖ ਦੋ ਸੋ ਦੀ ਕਲੋਥ ਸਟ੍ਰਿਪਸ ਕੈਨ ਨਾਊ ਬੀ ਯੂਜ਼ਡ ਟੈਸਟ ਫਾਰ ਐਸਿਡਸ ਐਂਡ ਬੇਸਿਸ ਉਹ ਜਿਹੜੀਆਂ ਕੱਪੜੇ ਦੀਆਂ ਛੋਟੇ ਛੋਟੇ ਤੁਸੀਂ ਟੁਕੜੇ ਰੱਖੇ ਸੀ ਉਹਦੇ ਨਾਲ ਉਹਨਾਂ ਨੂੰ ਬਾਹਰ ਕੱਢ ਲਓ ਦੂਸਰੇ ਦਿਨ ਟੇਕ 2 ਆਫ ਥੀਸ ਕਲੋਥ ਸਟ੍ਰਿਪਸ ਐਂਡ ਚੈੱਕ देयर ਆਊਡਰ ਉਹਨਾਂ ਦੀ ਸਮੈਲ ਚੈੱਕ ਕਰੋ ਕਿੱਦਾਂ ਦੀ ਹੈ ਸੋ ਕੀਪ them ਓਨ ਅ ਕਲੀਨ ਸਰਫੇਸ ਇੱਕ ਸਾਫ ਸਰਫੇਸ ਤੇ ਰੱਖੋ ਪੁੱਟ ਆ ਫਿਊ ਡ੍ਰੌਪਸ ਆਫ ਡਿਲੀਊਟਡ ਐਚसीएल ਸੋਲੂਸ਼ਨ ਓਨ ਵਨ ਸਟ੍ਰਿਪ and a few drops of dilute NaOH dilute te concentrated chre je farka dilute te vich matlab ke maximum water di quantity hundi je, hai jehda concentrated world hai ode vich maximum sade ko acid ja base present hunda so few drops of NaOH diyan pawni hai ek strip te yani ek kapde te tukre te acid pawna dusre dilute HCl pawna dusre de upar base pawna ਉਸ ਤੋਂ ਬਾਅਦ ਉਹ ਕਹਿੰਦਾ ਰੇਂਜ ਕਰੋ ਕਲੋਥ ਸਟ੍ਰਿਪਸ ਨੂੰ ਵਾਟਰ ਦੇ ਨਾਲ ਉਸ ਤੋਂ ਬਾਅਦ ਉਹਨਾਂ ਦੀ ਆਊਟਰ ਚੈੱਕ ਕਰੋ ਫਿਰ ਆਬਜ਼ਰਵੇਸ਼ਨਸ ਆ ਜਿਹੜੀਆਂ ਰਿਕਾਰਡ ਕਰੋ ਕਿਉਂਕਿ ਜਦੋਂ ਅਸੀਂ ਵਾਟਰ ਦੇ ਨਾਲ ਇਹਨਾਂ ਨੂੰ ਸਾਫ਼ ਕਰਾਂਗੇ ਫਿਰ ਸਮੈਲ ਆਊਗੀ ਉਹ ਅਲੱਗ ਤਰ੍ਹਾਂ ਦੀ ਹੋਊਗੀ ਉਸ ਤੋਂ ਬਾਅਦ ਉਹ ਕਹਿੰਦਾ ਵਨੀਲਾ ਐਸੈਂਸ ਜਾਂ ਕਲੋਵ ਆਇਲ ਲੋ ਸਾਡੇ ਕੋਲੇ ਫਿਰ ਆਊਟਰ ਚੈੱਕ ਕਰੋ ਉਹ ਕਹਿੰਦਾ ਟੈਸਟ ਟਿਊਬਸ ਲੋ ਇੱਕ ਟੈਸਟ ਟਿਊਬ CHCL ਲਓ ਇੱਕ CHNH ਦੋਨਾਂ ਦੇ ਵਿੱਚ ਡਿলিউਟ ਵਨੀਲਾ ਐਸੈਂਸ ਪਾਓ ਤੇ ਸ਼ੇਕ ਕਰੋ ਚੰਗੀ ਤਰ੍ਹਾਂ ਉਸ ਤੋਂ ਬਾਅਦ ਫਿਰ ਉਹਦੀ ਸਮੈਲ ਚੇਂਜ ਕਰੋ ਜਿਹੜੀ 스멜 ਚੇਂਜ ਹੋਈ ਹੈ ਉਹ ਤੋਂ ਸਾਨੂੰ ਇੰਡੀਕੇਟ ਹੋ ਗਿਆ ਕਿ ਕਿਹੜਾ ਐਸਿਡ ਹੈ ਕਿਹੜਾ ਬੇਸ ਹੈ ਇਸੇ ਤਰ੍ਹਾਂ ਕਲੋਵ ਆਇਲ ਦੇ ਨਾਲ ਸਾਡੇ ਕੋਲ ਟੈਸਟ ਕਰੋਂਗੇ ਉਹਦੇ ਕੋਰਸਪੋਂਡਿੰਗ ਸਾਡੇ ਕੋਲੇ ਜਿਹੜਾ ਹੈਗਾ 스멜 ਚੇਂਜ ਹੋਊਗਾ ਤੇ ਸਾਨੂੰ ਦੱਸੂਗਾ ਕਿ ਇਹ ਐਸਿਡ ਹੈ ਕਿ ਇਹ ਬੇਸਿਕ ਹੈ ਵਨੀਲਾ ਓਨੀਅਨ ਕਲੋਵ ਇਹ ਸਾਰੇ 올ਫੈਕਟਰੀ ਇੰਡੀਕੇਟਰਸ ਨੇ ਕਿਉਂਕਿ ਇਹਨਾਂ ਦੀ ਆਉਟਰ ਚੇਂਜ ਹੋ ਜਾਂਦੀ ਹੈ ਜਦੋਂ ਇਹ ਐਸਿਡਿਕ ਤੇ ਬੇਸਿਕ ਮੀਡੀਆ ਦੇ ਵਿੱਚ ਜਾਂਦੇ ਨੇ ਸੋ ਇਫ ਯੂ ਗਾਇਜ਼ ਹੈਵ ਐਨੀ ਡਾਊਟ ਅਪ ਟੂ ਦਿਸ ਟੌਪਿਕ ਯੂ ਕੈਨ ਕਾਲ ਮੀ ਇਫ ਯੂ ਹੈਵ ਐਨੀ ਕੁਰੀ you also send messages to me thank you.